ਭਾਰਤ ਵਿੱਚ ਹੋਲੀ ਰੰਗਾਂ ਦਾ ਤਿਉਹਾਰ ਹੈ। ਇਹ ਬਹੁਤ ਹੀ ਸਾਦੀ ਅਤੇ ਵਾਤਾਵਰਣ ਅਨੁਕੂਲ ਪਾਣੀ ਵਾਲੀ ਪਿਚਕਾਰੀ ਹੈ। ਇਸ ਲਈ ਤੁਹਾਨੂੰ ਪ੍ਰਾਣੀ ਪਲਾਸਟਿਕ ਦੀ ਪਾਣੀ ਵਾਲੀ ਬੋਤਲ, ਸਾਈਕਲ ਦੇ ਗੱਜ ਦਾ ਨੱਟ ਅਤੇ ਕੈਂਚੀ ਚਾਹੀਦੀ ਹੈ। ਕੈਂਚੀ ਨੂੰ ਘੁਮਾ ਕੇ ਢੱਕਣ ਵਿੱਚ ਗਲੀ ਕਰ ਲਓ। ਸਾਈਕਲ ਦੇ ਗੱਜ ਤੋਂ ਨਿੱਪਲ ਨੱਟ ਕੱਢ ਲਓ। ਇਹ ਨੱਟ ਬਰਾਸ ਦਾ ਬਣਿਆ ਹੈ। ਇਸ ਨੱਟ ਨੂੰ ਢੱਕਣ ਦੇ ਥੱਲਿਓਂ ਗਲੀ ਵਿੱਚ ਚੰਗੀ ਤਰ੍ਹਾਂ ਫਸਾ ਦਿਓ। ਪਰ ਨੱਟ ਦਾ ਸਿਰ ਬਾਹਰ ਧੱਕਿਆ ਨਹੀਂ ਜਾਵੇਗਾ। ਹੁਣ ਬੋਤਲ ਦੇ ਢੱਕਣ ਵਿੱਚ ਇੱਕ ਬਹੁਤ ਹੀ ਛੋਟੀ ਗਲੀ ਹੈ। ਇਸ ਢੱਕਣ ਨੂੰ ਰੰਗਦਾਰ ਪਾਣੀ ਵਾਲੀ ਬੋਤਲ ਉੱਪਰ ਲਗਾ ਦਿਓ। ਬੋਤਲ ਨੂੰ ਦਬਾਉਣ ਨਾਲ ਪਾਣੀ ਦੀ ਬਹੁਤ ਤੇਜ਼ ਧਾਰ ਨਿਕਲੇਗੀ। ਤੁਸੀਂ ਇਸ ਘਰ ਵਿੱਚ ਬਣੀ ਪਾਣੀ ਦੀ ਪਿਚਕਾਰੀ ਨਾਲ ਆਪਣੇ ਦੋਸਤਾਂ ਉੱਪਰ ਪਾਣੀ ਪਾ ਸਕਦੇ ਹੋ।